ਤੁਹਾਡੀ ਐਵੈਲਿਊਏਸ਼ਨ ਕਿੰਨੀ ਕੁ ਹੈਗੀ ਹੈ, ਕਿੰਨੀ ਕੁ ਏਕੜ ਜ਼ਮੀਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੜ੍ਹਾਂ ਦੇ ਮਾਰ ਹੇਠ ਆਈ ਹੈ? ਸਰਕਾਰ ਨੇ ਇੱਕ ਵੇਗ ਜਿਹਾ ਅੰਕੜਾ ਦਿੱਤਾ ਵੀ 6 ਲੱਖ ਏਕੜ ਦੇ ਵਿੱਚ ਨੁਕਸਾਨ, 19 ਜ਼ਿਲ੍ਹਿਆਂ 'ਚ ਨੁਕਸਾਨ ਹੋਇਆ। ਮੈਂ ਪ੍ਰੈਕਟੀਕਲੀ ਜਿਹੜਾ ਨੁਕਸਾਨ ਹੋਇਆ ਜਿਹੜੀ ਮੇਰੀ ਰਿਪੋਰਟਸ ਨੇ ਉਹਦੇ ਮੁਤਾਬਕ 10 ਲੱਖ ਏਕੜ ਦੇ ਵਿੱਚ ਫਸਲ ਬਰਬਾਦ ਹੋਈ। ਜੇ ਤੁਸੀਂ ਜ਼ਮੀਨ ਦਾ ਠੇਕਾ ਕਹੋ ਤਾਂ 60 ਤੋਂ 80 ਹਜ਼ਾਰ ਰੁਪਏ ਪਰ ਏਕੜ ਹੈ, ਅਤੇ ਇੱਕ ਫਸਲ ਤਾਂ ਡੁੱਬ ਗਈ, ਉਹਦਾ ਠੇਕਾ ਤਾਂ ਕਿੰਨਾ ਪਏਗਾ? ਮਿਨੀਮਮ ਤੁਸੀਂ ਜਿੰਨਾ ਮਰਜ਼ੀ ਕੱਟ ਲਾ ਲਓ 6 ਹਜ਼ਾਰ ਕਰੋੜ ਰੁਪਏ ਦਾ ਲਾਸ ਹੋ ਸਕਦਾ। ਸਰਕਾਰ ਦੋਸ਼ੀ ਹੈ, ਅਦਰਵਾਈਜ਼ ਜੇ ਕਿਤੇ ਚੰਗੀ ਤਰ੍ਹਾਂ ਵੇਲੇ ਸਿਰ ਸਫਾਈ ਹੋਈ ਹੁੰਦੀ ਪਾਣੀ ਨੇ ਅੱਗੇ ਲੰਘ ਜਾਣਾ। ਪੰਜਾਬ ਦੇ ਸਾਰੇ ਹੜ੍ਹ ਪੀੜਤਾਂ ਨੂੰ 218 ਕਰੋੜ ਕਿਉਂ ਰਿਲੀਜ਼ ਕੀਤਾ? 218 ਕਰੋੜ ਜੇ ਪੰਜਾਬ ਸਰਕਾਰ ਕੋਲ ਆ ਗਿਆ, ਇਹਨਾਂ ਨੇ 70 ਕਰੋੜ ਕਿਉਂ ਰਿਲੀਜ਼ ਕੀਤਾ? ਉਹਦੇ 'ਚ ਇੱਕ ਨਵਾਂ ਪੈਸਾ ਕਿਸੇ ਨੂੰ ਹਾਲੇ ਤੱਕ ਨਹੀਂ ਦਿੱਤਾ। ਕੋਈ ਕਹਿ ਸਕਦੇ ਨੇ ਵੀ 70 ਕਰੋੜ 'ਚ ਅਸੀਂ ਫਲਾਣੇ ਨੂੰ ਪੈਸੇ ਦੇ ਦਿੱਤੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਕਿਸਾਨ ਭਵਨ ਦੇ ਵਿੱਚ 5 ਜਥੇਬੰਦੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਸ ਤੋਂ ਪਹਿਲੇ ਉਹਨਾਂ ਨੇ ਜਨਰਲ ਮੀਟਿੰਗ ਬੁਲਾਈ ਸੀ, ਜਨਰਲ ਹਾਊਸ ਮੀਟਿੰਗ ਬੁਲਾਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਮੁੱਦੇ ਡਿਸਕਸ ਕੀਤੇ। ਅਤੇ ਸਾਡੇ ਨਾਲ ਇਸ ਟਾਈਮ ਆਗੂ ਨੇ, ਕਿਸਾਨ ਆਗੂ ਨੇ ਬਲਵੀਰ ਰਾਜੇਵਾਲ, ਜਿਹੜੇ ਕਿ ਬੜੇ ਬੁਲੰਦ ਆਵਾਜ਼ ਦੇ ਵਿੱਚ ਆਪਣੀ ਗੱਲ ਬਾਰ ਬਾਰ ਕਹਿੰਦੇ ਨੇ। ਸਭ ਤੋਂ ਪਹਿਲੇ ਸਵਾਲ ਤਾਂ ਮੇਰਾ ਰਾਜੇਵਾਲ ਸਾਹਿਬ ਤੁਹਾਨੂੰ ਇਹੀ ਹੈਗਾ ਕਿ ਜਿਸ ਤਰੀਕੇ ਦਾ ਨੁਕਸਾਨ ਫਲੱਡਸ ਦੇ ਵਿੱਚ ਇਸ ਟਾਈਮ 'ਤੇ ਹੋਇਆ, ਉਹਦੇ ਨੂੰ ਲੈ ਕੇ ਸਰਕਾਰ ਜਿਹੜੀ ਹੈ ਬਹੁਤ ਸਾਰੇ ਗੱਲਾਂ ਕਹਿ ਰਹੀ ਹੈ, ਪਰ ਕਿਸਾਨ ਜਾਣਦਾ ਹੁੰਦਾ ਹੈ ਕਿ ਉਹਨੂੰ ਨੁਕਸਾਨ ਕਿਸ ਕਦਰ ਹੋਇਆ ਅਤੇ ਕਿੰਨਾ ਹੋਇਆ? ਤੁਸੀਂ ਆਗੂ ਹੋ ਕਿਸਾਨਾਂ ਦੇ, ਅਤੇ ਇਸ ਕਰਕੇ ਤੁਹਾਡੀ ਐਵੈਲਿਊਏਸ਼ਨ ਕਿੰਨੀ ਕੁ ਹੈਗੀ ਹੈ, ਕਿੰਨੀ ਕੁ ਏਕੜ ਜ਼ਮੀਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੜ੍ਹਾਂ ਦੇ ਮਾਰ ਹੇਠ ਆਈ ਹੈ, ਕਿੰਨਾ ਕੁ ਨੁਕਸਾਨਿਆ ਗਿਆ? ਸਰਕਾਰ ਨੇ ਇੱਕ ਵੇਗ ਜਿਹਾ ਅੰਕੜਾ ਦਿੱਤਾ ਵੀ 6 ਲੱਖ ਏਕੜ ਦੇ ਵਿੱਚ ਨੁਕਸਾਨ ਹੋਇਆ, 19 ਜ਼ਿਲ੍ਹਿਆਂ 'ਚ ਨੁਕਸਾਨ ਹੋਇਆ। ਮੈਂ ਪ੍ਰੈਕਟੀਕਲੀ ਜਿਹੜਾ ਨੁਕਸਾਨ ਹੋਇਆ ਜਿਹੜੀ ਮੇਰੀ ਰਿਪੋਰਟਸ ਨੇ ਉਹਦੇ ਮੁਤਾਬਕ 10 ਲੱਖ ਏਕੜ ਦੇ ਵਿੱਚ ਫਸਲ ਬਰਬਾਦ ਹੋ ਗਈ। ਤੋ ਇਹ ਬਹੁਤ ਵੱਡਾ ਨੁਕਸਾਨ ਹੈ। ਜੇ ਇਹ ਫਿਰ ਇੱਕ ਇਹਦੇ 'ਚ ਇਹ ਵੀ ਦੇਖਣਾ ਪਏਗਾ ਵੀ ਪੰਜਾਬ ਦੀ ਜਿਹੜੀ ਐਵਰੇਜ ਲੈਂਡ ਹੋਲਡਿੰਗ ਹੈ ਉਹ ਲੈੱਸ ਦੈਨ 5 ਏਕੜਸ ਹੈ। ਲੋਕ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਨੇ। ਜੇ ਤੁਸੀਂ ਜ਼ਮੀਨ ਦਾ ਠੇਕਾ ਕਹੋ ਤਾਂ 60 ਤੋਂ 80 ਹਜ਼ਾਰ ਰੁਪਏ ਪਰ ਏਕੜ ਹੈ, ਅਤੇ ਇੱਕ ਫਸਲ ਤਾਂ ਡੁੱਬ ਗਈ, ਉਹਦਾ ਠੇਕਾ ਤਾਂ ਗਿਣਨਾ ਪਏਗਾ। ਮੈਂ ਮਿਨੀਮਮ 30 ਹਜ਼ਾਰ ਗਿਣਿਆ, ਇਦੋਂ ਘੱਟ ਤਾਂ ਹੈ ਹੀ ਨਹੀਂ ਨਾ ਇੱਕ ਫਸਲ ਦਾ, ਉਹ ਗਿਣਿਆ। ਫਿਰ ਜਦੋਂ ਝੋਨਾ ਲੱਗਦਾ ਤਾਂ 5 ਹਜ਼ਾਰ ਰੁਪਈਆ ਉਹਦੀ ਟਰਾਂਸਪਲਾਂਟੇਸ਼ਨ ਦੀ ਕੋਸਟ ਹੈ, ਉਹਦੇ 'ਚ ਫਰਟੀਲਾਈਜ਼ਰ ਪਿਆ, ਜਿਹੜੀ ਉਹਦੀ ਪਨੀਰੀ ਤਿਆਰ ਕਰਨ ਨੂੰ ਖਰਚਾ ਹੋਇਆ ਉਹ ਗਿਣਿਆ। ਤੋ ਮੇਰੇ ਹਿਸਾਬ ਨਾਲ ਕੋਈ 40 ਤੋਂ 45 ਹਜ਼ਾਰ ਰੁਪਏ ਪਰ ਏਕੜ ਖਰਚਾ ਹੋ ਗਿਆ। ਮੈਂ ਫਿਰ ਵੀ ਇਹਨੂੰ ਵੀ ਘੱਟ ਕਰਕੇ ਗਿਣਿਆ, ਅਤੇ ਮਿਨੀਮਮ ਤੁਸੀਂ ਜਿੰਨਾ ਮਰਜ਼ੀ ਕੱਟ ਲਾ ਲਓ 6 ਹਜ਼ਾਰ ਕਰੋੜ ਰੁਪਏ ਦਾ ਲਾਸ ਹੋ ਗਿਆ। ਔਰ ਇੱਕ ਗੱਲ ਦੂਸਰੀ, ਇਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ, ਪਸ਼ੂ ਮਰ ਗਏ, ਘਰ ਢਹਿ ਗਏ, ਸੜਕਾਂ ਟੁੱਟ ਗਈਆਂ, ਕੁਛ ਜਾਨਾਂ ਵੀ ਚਲੀਆਂ ਗਈਆਂ, ਅਤੇ ਬਹੁਤ ਵੱਡਾ ਨੁਕਸਾਨ ਹੋਇਆ। ਔਰ ਇਹਦੇ ਲਈ ਮੈਂ ਜਿੱਥੇ ਕੁਦਰਤ ਦਾ ਮੈਂ ਸਮਝਦਾ ਕੋਈ ਕਹਿਰ ਹੈ, ਉੱਥੇ ਉਹਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ। ਅਸੀਂ ਸਾਰੇ ਜੰਗਲ ਕੱਟਦੇ, ਜਿਹੜੀ ਕਲਾਈਮੇਟ ਚੇਂਜ ਆ ਰਹੀ ਹੈ ਜੰਗਲਾਂ ਕਰਕੇ ਹੋ ਰਹੀ ਹੈ, ਜਾਂ ਫਿਰ ਜਿਹੜਾ ਇਨਵਾਇਰਮੈਂਟ ਦੇ ਵਿੱਚ ਅਸੀਂ ਪੋਲਿਊਸ਼ਨ ਕਰਤਾ ਉਹਦੇ ਕਰਕੇ ਹੋ ਰਹੀ ਹੈ, ਉਹਦੇ ਨਾਲ ਟੈਂਪਰੇਚਰ ਵੱਧ ਰਿਹਾ ਉਹਦੇ ਨਾਲ ਹੋ ਰਹੀ ਹੈ, ਫਿਰ ਮੈਨਮੇਡ ਇਸ ਕਰਕੇ ਵੀ ਹੈ ਵੀ ਸਾਡੀ ਮਸ਼ੀਨਰੀ ਕਰਪਟ ਹੋ ਗਈ, ਕੁਦਰਤ ਨੇ ਜਿਹੜੇ ਸੀ ਨਾਲੇ ਟ੍ਰਿਬਿਊਟਰੀਜ਼ ਹੋ ਰਹੇ ਸਾਰਾ ਕੁਛ ਬਣਾਇਆ ਸੀਗਾ ਵੀ ਜਿੱਥੋਂ ਪਾਣੀ ਬਹਿ ਜੇ ਅੱਗੇ ਚਲਾ ਜੇ, ਫਲੋ ਕੇ ਅੱਗੇ ਚਲਾ ਜੇ, ਅਤੇ ਇਹਨਾਂ ਨੇ ਭਲੇ ਮਾਨਸਾ ਨੇ ਡਰੇਨੇਜ ਡਿਪਾਰਟਮੈਂਟ ਨੇ ਕਾਗਜ਼ਾਂ ਵਿੱਚ ਸਫਾਈ ਕੀਤੀ ਹੈ, ਕਰੋੜਾਂ ਰੁਪਇਆ ਹਰ ਸਾਲ ਖਾ ਜਾਂਦੇ ਨੇ। ਕਿਸੇ ਡਰੇਨ 'ਚ ਜਾ ਕੇ ਦੇਖ ਲਓ, ਘੱਗਰ ਹੈ ਉਹਨੂੰ ਦੇਖ ਲਓ, ਇੱਥੇ ਇਹਦੇ ਪਿੱਛੇ ਮਿਰਪੁਰਾਣ ਦੇ ਪਿੱਛੇ ਦੇਖ ਲਓ, ਉੱਥੇ ਪਾਪੂਲਰ ਲਾਏ ਹੋਏ ਆ ਲੋਕਾਂ ਨੇ, ਕਿਸੇ ਦੇ ਤਾਂ ਹੈਗੇ, ਅਤੇ ਉਹ ਫਿਰ ਜੇ ਹੜ੍ਹ ਦਾ ਪਾਣੀ ਆਉਣਾ ਕਿੱਥੋਂ ਲੰਘੂਗਾ? ਤੋ ਇਸ ਤਰ੍ਹਾਂ ਇਹਨਾਂ ਨੇ ਮਸ਼ੀਨਰੀ ਨੇ ਕਰਪਸ਼ਨ ਵਾਸਤੇ ਜਿਹੜਾ ਸਫਾਈ ਨਹੀਂ ਕੀਤੀ, ਚੋ ਜਿੰਨੇ ਸੀਗੇ ਸਾਰੇ ਚੋਕ ਹੋਏ ਪਏ ਨੇ। ਫਿਰ ਇਹ ਤੋਂ ਅੱਗੇ ਮੈਂ ਉੱਪਰ ਜਾ ਕੇ ਦੇਖ ਕੇ ਆ, ਸ਼ਿਵਾਲਿਕ ਦੀਆਂ ਉਹਦੇ ਪੈਰਾਂ ਦੇ ਵਿੱਚ ਥਾਂ ਥਾਂ ਇਹਨਾਂ ਨੇ ਛੋਟੇ ਛੋਟੇ ਡੈਮ ਬਣਾਏ ਨੇ, ਮੁੜ ਕੇ ਜਾ ਕੇ ਕੋਈ ਪੁੱਛਦਾ ਹੀ ਨਹੀਂ। ਤੋ ਇਹ ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ ਸਰਕਾਰ ਦੋਸ਼ੀ ਹੈ, ਅਦਰਵਾਈਜ਼ ਜੇ ਕਿਤੇ ਚੰਗੀ ਤਰ੍ਹਾਂ ਵੇਲੇ ਸਿਰ ਸਫਾਈ ਹੋਈ ਹੁੰਦੀ ਪਾਣੀ ਨੇ ਅੱਗੇ ਲੰਘ ਜਾਣਾ ਸੀ।
ਜਦੋਂ ਤੱਕ ਸਿਲਟਿੰਗ ਦੀ ਡੀਸਿਲਟਿੰਗ ਦੀ ਗੱਲ ਤੁਸੀਂ ਕਰ ਰਹੇ ਹੋ, ਖਾਸ ਕਰਕੇ ਸਾਡੀ ਜਿਹੜੀ ਮੌਜੂਦਾ ਕੈਬਨਿਟ ਮਿਨਿਸਟਰ ਨੇ ਅਮਿਤ ਅਰੋੜਾ ਜੀ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ, ਉਹਨਾਂ ਨੇ ਖਾਸ ਤੌਰ 'ਤੇ ਗੱਲ ਕਹੀ ਹੈ ਕਿ ਡੀਸਿਲਟਿੰਗ ਵਾਸਤੇ ਅਸੀਂ ਜਿੰਨੇ ਵੀ ਰਜਵਾਹੇ ਨੇ ਜਾਂ ਕੁਛ ਵੀ ਉਹਦੇ ਲਈ ਮਸ਼ੀਨਾਂ ਲਾ ਰਹੇ ਹਾਂ ਔਰ ਲਗਾਤਾਰ 24 ਘੰਟੇ ਸਾਡੇ ਚੱਲਣਗੇ। ਪਹਿਲੀਆਂ ਸਰਕਾਰਾਂ ਦੀ ਨਲਾਇਕੀਆਂ ਦੇ ਕਾਰਨ ਹੀ ਸ਼ਾਇਦ ਇਸ ਤਰੀਕੇ ਦਾ ਹਾਲਾਤ ਹੋਏ ਨੇ। ਤੁਸੀਂ ਇਸ 'ਤੇ ਕੀ ਕਹੋਗੇ? ਨੰਬਰ 1। ਨੰਬਰ 2 ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੇ ਕੇਂਦਰ ਨੇ ਐਡਾ ਐਲਾਨਿਆ ਵੀ ਅਸੀਂ ਇੱਥੇ 200 ਕਰੋੜ ਦੇ ਕਰੀਬ ਜਿਹੜਾ ਰਿਲੀਫ ਫੰਡ ਭੇਜਿਆ ਹੈਗਾ, ਖਾਸ ਕਰਕੇ ਰੂਰਲ ਡਿਵੈਲਪਮੈਂਟ ਫੰਡ ਦਾ ਤਾਂ ਪਹਿਲੀ ਰੌਲਾ ਜਿਹੜਾ ਉਹ ਮੁੱਕਣ 'ਚ ਨਹੀਂ ਆ ਰਿਹਾ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਸੀਂ ਕੀ ਕਹੋਗੇ? ਨਹੀਂ ਪਰ ਮੈਨੂੰ ਇੱਕ ਦੱਸਿਓ, ਜਿਹੜਾ ਉਹ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ, ਉਹ ਤਾਂ ਨਲਾਇਕ ਸੀਗੀਆਂ, ਇਹਨਾਂ ਨੇ ਤਾਂ 1.5 ਸਾਲ ਹੋ ਗਿਆ ਸਰਕਾਰ ਬਣੀ ਨੂੰ। ਜੇ 2 ਮਹੀਨੇ ਪਹਿਲਾਂ, ਹੜ੍ਹ ਤੋਂ ਪਹਿਲਾਂ ਇਹ 2 ਮਹੀਨੇ ਪਹਿਲਾਂ ਇਹਨਾਂ ਨੇ ਸਫਾਈ ਕੀਤੀ ਹੋਈ, ਇਹਨਾਂ ਨੇ ਨਹੀਂ ਕਰਾਈ। ਇਹ ਵੀ ਤਾਂ ਉਨੇ ਹੀ ਨਲਾਇਕ ਨੇ, ਹੜ੍ਹ ਤਾਂ ਹੁਣ ਇਹਨਾਂ ਦੇ ਵੇਲੇ ਆਏ ਹੈ, 88-99 ਤੋਂ ਬਾਅਦ ਹੁਣ ਆਏ ਆ ਹੜ੍ਹ, ਅਤੇ ਉਹ ਪਿਛਲਿਆਂ ਨੇ ਨਹੀਂ ਸਫਾਈ, ਇਹ ਕਰਾ ਲੈਂਦੇ। 2 ਸੀਜ਼ਨ ਲੰਘ ਗਏ, ਪਿਛਲੀ ਬਰਸਾਤ ਦਾ ਲੰਘ ਗਿਆ, ਹੁਣ ਵਾਲਾ ਫਿਰ ਸਜ਼ਾ ਸਾਨੂੰ ਮਿਲ ਗਈ, ਅਤੇ ਇਹ ਕਿੰਨੇ ਕੁ ਲਾਇਕ ਨੇ? ਫਿਰ ਜਿਹੜੀ ਉਹ ਕਹਿੰਦੇ ਨੇ ਜੇ ਅਸੀਂ JCB ਮਸ਼ੀਨਾਂ ਲਾ ਕੇ ਸਾਫ਼ ਕਰਾਂਗੇ, ਕਦੋਂ ਕਰਨਗੇ ਸਾਫ਼? ਹਾਲੇ ਲੋਕ ਤਾਂ ਡੁੱਬੇ ਹੋਏ ਆ, ਜੇ ਇਹਨਾਂ ਦੀ ਕਿਤੇ ਸਰਕਾਰੀ ਮਸ਼ੀਨਰੀ ਨਹੀਂ ਲੱਭਦੀ, ਕਿਤੇ JCBਆਂ ਇਹਨਾਂ ਦੀਆਂ ਲੱਭਦੀਆਂ ਨਹੀਂ। ਜਦੋਂ ਪਾਣੀ ਆਇਆ ਹੋਇਆ ਸੀ, ਮੈਨੂੰ ਪਤਾ, ਮੈਂ ਆ ਜਿਹੜੀ ਹੈਗੀ ਨਾ ਖੰਨੇ ਤੋਂ ਨਵੇਂ ਸ਼ਹਿਰ ਨੂੰ ਸੜਕ ਜਾਂਦੀ, ਉਹਦੇ 'ਤੇ 5 ਜਗ੍ਹਾ, ਇੱਕ ਪਿੰਡ ਦੇ ਕੋਲੋਂ, ਊਰਨੇ ਪਿੰਡ ਦੇ ਕੋਲੋਂ 5 ਜਗ੍ਹਾ ਪਾਣੀ ਸੜਕ ਦੇ ਉੱਤੋਂ ਦੀ ਵਗਦਾ ਸੀ। ਤੋ ਮੈਂ ਅਫਸਰਾਂ ਨੂੰ ਕਹਿ ਕਹਿ ਕੇ ਪਿੱਟ ਲਿਆ ਵੀ ਇੱਥੋਂ ਹਰ ਵਾਰੀ ਇਹਨੂੰ ਵੱਢਦੇ ਨੇ ਤਾਂ ਫਿਰ ਅੱਗੇ ਪਾਣੀ ਜਾਂਦਾ, ਇਹਨੂੰ ਸੜਕ ਨੂੰ ਵੱਢ ਦਿਓ। ਨਹੀਂ ਮੰਨੇ, ਨਹੀਂ ਵੱਢਿਆ। ਫਿਰ ਹਾਰ ਕੇ ਜਦੋਂ ਬਹੁਤ ਜ਼ਿਆਦਾ ਕਰਦੇ ਉੱਤੋਂ ਦੀ ਪਾਣੀ ਆ ਗਿਆ, ਫਿਰ ਇੱਕ ਪਾਸਿਓਂ ਪੱਟ ਕੇ ਪਾਣੀ ਨਹਿਰ ਵਿੱਚ ਸੁੱਟਿਆ ਤਾਂ ਫਿਰ ਪਾਣੀ ਘਟਿਆ ਨਹੀਂ, ਪਿੰਡ ਡੁੱਬ ਗਏ ਸੀ। ਤੋ ਇਹ ਕਿੰਨੇ ਕੁ ਸੀਰੀਅਸ ਨੇ, ਇਹਨਾਂ ਨੂੰ ਤਾਂ ਜੋ ਅਫਸਰ ਕਹਿੰਦੇ ਨੇ ਉਹ ਅੱਗੇ ਪਾਸ ਆਨ ਕਰ ਦਿੰਦੇ ਨੇ। ਮੀਡੀਆ ਦੇ ਉੱਤੇ 750 ਕਰੋੜ ਖਰਚ ਕਰਨਾ, ਬੜਾ ਪੈਸਾ। ਪਬਲਿਕ ਰਿਲੇਸ਼ਨ ਵਾਲੇ ਹੈਗੇ ਸਾਰੇ ਇਸ ਕੰਮ ਲਈ, ਉਹ ਪ੍ਰੈਸ ਨੋਟ ਦੇ ਦਿੰਦੇ ਨੇ ਜਦੋਂ ਵੀ ਮੰਤਰੀ ਜੀ ਨੇ ਆਹ ਕਰਤਾ। ਇਹ ਤਾਂ ਸਿਆਸੀ ਲਾਹਾ ਲੈਣ ਵਾਸਤੇ, ਆਪਣੀ ਵਾਹਵਾਹੀ ਕੱਟਣ ਵਾਸਤੇ ਕਰਦੇ ਆ, ਪ੍ਰੈਕਟੀਕਲੀ ਹੇਠਾਂ ਕੁਛ ਨਹੀਂ ਹੋ ਰਿਹਾ। ਹੇਠਾਂ ਲੋਕ ਕਰ ਰਹੇ ਨੇ, ਲੋਕ ਭੱਜੇ ਪੰਜਾਬ ਦੇ। ਸਾਡੀ ਖੂਬੀ ਹੈ, ਸਾਡੀ ਕਲਚਰ ਹੈ, ਅਸੀਂ ਲੰਗਰ ਦੀ ਕਮੀ ਨਹੀਂ ਆਉਣ ਦਿੱਤੀ। ਅਸੀਂ ਰਾਸ਼ਨ ਇੰਨਾ ਪਹੁੰਚਾ ਤਾ, 6-6 ਮਹੀਨੇ ਦਾ ਲੋਕਾਂ ਦੇ ਘਰਾਂ 'ਚ ਜਮ੍ਹਾਂ ਹੋ ਗਿਆ। ਅਸੀਂ ਚਾਰਾ ਰੋਜ਼ ਲੈ ਕੇ ਜਾਂਦੇ ਹਾਂ, ਟਰਾਲੀਆਂ ਚਾਰੇ ਦੀਆਂ ਜਾਂਦੀਆਂ ਨੇ, ਕਿਤੇ ਅਚਾਰ ਚਾਰੇ ਦਾ ਜਾ ਰਿਹਾ ਅਤੇ ਕਿਤੇ ਦੁੱਧ ਜਾ ਰਿਹਾ। ਅਤੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਇਹ ਕਰ ਰਹੀ ਹੈ ਵੀ ਚੌਕੀ ਬਿਠਾ ਤੀਆਂ, ਉਹ ਘੇਰ ਲੈਂਦੇ ਨੇ ਦੁੱਧ ਵਾਲੇ ਨੂੰ ਵੀ, ਇੱਥੇ ਰੱਖ ਜਾ, ਅਸੀਂ ਦੇ ਕੇ ਆਵਾਂਗੇ, ਤੁਸੀਂ ਨਹੀਂ ਦੇਣਾ। ਕਿਉਂ? ਤੋ ਐਵੇਂ ਆਪਣੀ ਪਿੱਠ ਥਪਥ ਪਾਈ ਜਾਣੀ? ਲੋਕ ਦੇ ਪੀਪਲ ਆਰ ਦਾ ਬੈਸਟ ਚੱਚ, ਉਹ ਸਭ ਤੋਂ ਬਿਹਤਰ ਸਮਝਦੇ ਆ ਵੀ ਸਾਡੀ ਕੌਣ ਸੇਵਾ ਕਰ ਰਿਹਾ, ਸਾਨੂੰ ਸਰਕਾਰ ਕਿੰਨੀ ਕੁ ਰਾਹਤ ਦੇ ਰਹੀ ਆ, ਉਹਨਾਂ ਨੂੰ ਅੱਛੀ ਤਰ੍ਹਾਂ ਪਤਾ ਹੈ। ਜਿੱਥੋਂ ਤੱਕ ਰਾਜਵਿੰਦਰ ਸਾਹਿਬ ਆਪਾਂ ਗੱਲ ਕਰੀਏ, ਨੈਚੁਰਲ ਕਲਾਮਿਟੀ, ਕੁਦਰਤੀ ਆਫਤ ਹੈਗੀ ਹੈ। ਮੁੱਖ ਮੰਤਰੀ ਨੇ ਆਪਣੇ ਤਰੀਕੇ ਦੇ ਨਾਲ ਕਿਹਾ ਵੀ ਮੈਂ ਥੋੜ੍ਹੀ ਹੜ੍ਹ ਲਿਆਉਂਦੇ ਆ, ਚਲੋ ਇਹ ਕੁਦਰਤੀ ਆਫਤ ਹੈਗੀ ਹੈ ਜੇ ਆਪਾਂ ਉਸ ਤਰੀਕੇ ਦੇ ਨਾਲ ਵੀ ਦੇਖ ਲਈਏ, ਬੜੇ ਪ੍ਰੈਕਟੀਕਲ ਰੂਪ ਦੇ ਵਿੱਚ ਜੇ ਗੱਲ ਕਰੀਏ, ਡੱਫ ਲੱਗ ਗਏ, ਫੱਟ ਪੈ ਗਏ ਸੜਕਾਂ ਦੇ ਵਿੱਚ, ਜਿਹੜੇ ਅਸੀਂ ਬੜੇ ਬੜੇ ਪਹਾੜ ਪੈ ਗਏ, ਉਹਦੇ ਵਿੱਚ ਹੀ ਇੱਕ ਇਨਵਾਇਰਮੈਂਟਲਿਸਟ ਨੇ, ਚਾਹੇ ਉਹ ਹੁਣ MP ਆਮ ਆਦਮੀ ਪਾਰਟੀ ਤੋਂ ਬਣ ਗਏ ਨੇ, ਪਰ ਬੜੀ ਸ਼ਿੱਦਤ ਦੇ ਨਾਲ ਉਹ ਕੰਮ ਕਰ ਰਹੇ ਨੇ। ਜੇ ਗੱਲ ਕਰੀਏ ਆਪਾਂ ਬਾਬਾ ਸੀਚੇਵਾਲ ਦੀ, ਉਹ ਕਾਫੀ ਸ਼ਿੱਦਤ ਦੇ ਨਾਲ ਭਰਵਾਈ ਵੀ ਕਰ ਰਹੇ ਨੇ, ਕੋਸ਼ਿਸ਼ ਵੀ ਕਰ ਰਹੇ ਨੇ। ਬਾਬਾ ਤਾਂ ਕਰਦਾ, ਉਹ ਬਾਬਾ ਹੈ, ਉਹ ਇੱਕ ਪੋਲੀਟੀਸ਼ੀਅਨ ਦੇ ਤੌਰ 'ਤੇ ਨਹੀਂ ਕਰਦਾ, ਉਹਦਾ ਸੁਭਾਅ ਬਣਿਆ ਹੋਇਆ, ਅੱਗੇ ਵੀ ਉਹਨੇ ਕੀਤਾ ਕੰਮ, ਅੱਛੀ ਗੱਲ ਹੈ ਉਹ ਜੇ ਕਰ ਦਿੱਤਾ। ਹਾਂਜੀ, ਅਤੇ ਜਿਹੜੇ ਖੁਦ ਮੈਂ ਪੁੱਛ ਰਹੀ ਸੀ ਵੀ ਜਿਹੜੀ ਕਲੈਮਿਟੀਜ਼ ਇਹਦੀਆਂ ਨੇ, ਤੁਸੀਂ ਕਿਵੇਂ ਸੋਚਦੇ ਹੋ ਵੀ ਇਹਦੀ ਕਿਸ ਤਰੀਕੇ ਦੀ, ਖਾਸ ਕਰਕੇ ਪਹਾੜ ਪੈ ਗਏ, ਡੱਫ ਲੱਗ ਜਾਂਦਾ, ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਕਾਰਨ ਕਿ ਪਾਣੀ ਫਿਰ ਪੁਸ਼ ਬੈਕ ਹੁੰਦਾ, ਡੈਮਸ ਜਿਹੜੇ ਨੇ ਉਹ ਤਾਂ ਪਾਣੀ ਜੇ ਛੱਡਿਆ ਤਾਂ ਉਹਦੇ 'ਚੋਂ ਵੀ ਜਦੋਂ ਵੀ ਗੇਟ ਖੋਲ੍ਹ ਕੇ ਛੱਡਿਆ ਜਾਂਦਾ ਤਾਂ ਵੀ ਉਹ ਪਾਣੀ ਜਿਹੜਾ ਅੱਗੇ ਜਾ ਕੇ ਮਾਰ ਕਰਦਾ, ਨਾਲ ਨਾਲ ਪਿੰਡਾਂ ਦੇ ਵਿੱਚ ਮਾਰ ਕਰਦਾ। ਕਿਸ ਤਰੀਕੇ ਦੇ ਨਾਲ ਰੀਚਾਰਜਿੰਗ ਸਿਸਟਮ, ਕੋਈ ਸਿਸਟਮ, ਕੋਈ ਇਵੈਲਿਊਏਸ਼ਨ, ਕਿਉਂਕਿ ਕਿਸਾਨ ਲਗਾਤਾਰ ਜਿਹੜਾ ਹੈ ਇਸ ਦੀ ਮਾਰ ਵੀ ਝੇਲ ਰਿਹਾ, ਪਰ ਮੇਰੇ ਖਿਆਲ 'ਚ ਜਿੱਥੋਂ ਤੱਕ ਸਲਿਊਸ਼ਨ ਹੈਗਾ ਉਹ ਵੀ ਕਿਸਾਨਾਂ ਕੋਲ ਜ਼ਿਆਦਾ ਬਿਹਤਰ ਹੋ ਸਕਦਾ। ਨਹੀਂ, ਤੁਸੀਂ ਇੱਕ ਗੱਲ ਸਮਝੋ, ਸਰਕਾਰ ਨੇ ਕੀ ਕੀਤਾ? ਅਸੀਂ ਪਿਛਲੇ ਸਾਲ ਵੀ ਕੰਪੇਨ ਚਲਾਈ, ਉਹ ਤੋਂ ਪਿਛਲੇ ਸਾਲ ਵੀ ਚਲਾਈ ਦਰਖਤ ਲਾਉਣ ਦੀ, ਸਾਨੂੰ ਕਿੰਨਾ ਕੁ ਸਪੋਰਟ ਕੀਤਾ ਇਹਨਾਂ ਨੇ। ਔਰ ਅਸਲ ਕਹਾਣੀ ਕੀ ਹੈ ਵੀ ਅਸੀਂ ਹਰੇ ਇਨਕਲਾਬ ਦੀ ਆੜ ਵਿੱਚ ਅਸੀਂ ਸਾਰਾ ਜੰਗਲ ਜਿਹੜਾ ਸੀਗਾ ਹਰ ਪਿੰਡ ਵਿੱਚ ਢੱਕੀ ਹੁੰਦੀ ਸੀ, ਹੁਣ ਕਿਤੇ ਨਹੀਂ ਲੱਭਦੀ, ਅਸੀਂ ਸਾਰਾ ਜੰਗਲ ਵੱਢਤਾ, 1/3 ਜਿਹੜਾ ਉਹ ਜੰਗਲ ਚਾਹੀਦਾ। ਅਤੇ ਸਰਕਾਰ ਨੇ ਕਿੱਥੇ ਕੋਸ਼ਿਸ਼ ਕੀਤੀ ਹੈ ਵੀ ਜਦੋਂ ਲੋਕ ਵੱਢਣ ਲੱਗੇ ਹੋਏ ਸੀ ਉਹਨੂੰ ਰੋਕਦੇ, ਹਰੇ ਇਨਕਲਾਬ ਦਾ ਐਸਾ ਭੂਤ ਸਵਾਰ ਹੋਇਆ, ਜੇ ਰਸਤੇ 'ਚ ਟਰੈਕਟਰ ਚੱਲਦਾ ਮੂਹਰੇ ਜੰਗਲ ਆ ਗਿਆ ਕੋਈ ਦਰਖਤ ਉਹਨੂੰ ਵੱਢਤਾ, ਕਿਸੇ ਨੇ ਤਾਂ ਨਹੀਂ ਕਿਹਾ ਤੁਸੀਂ ਜਾਓ ਡਿਵੈਲਪ ਕੰਟਰੀ 'ਚ। ਮੈਂ ਆਸਟ੍ਰੇਲੀਆ 'ਚ ਦੇਖਿਆ ਇੱਕ ਸੜਕ ਦੇ ਵਿਚਾਲੇ ਇੱਕ ਦਰਖਤ ਖੜ੍ਹਾ, ਉਹਦੇ ਆਲੇ ਦੁਆਲੇ ਸੜਕ ਘੁਮਾਤੀ, ਦਰਖਤ ਨਹੀਂ ਵੱਢਿਆ। ਤੋ ਸਾਡੀ ਸਰਕਾਰ ਕਿੰਨੀ ਕੁ ਸੀਰੀਅਸ ਹੈ, ਚਾਹੇ ਕੋਈ ਸਰਕਾਰ ਹੋਵੇ, ਇਨਵਾਇਰਮੈਂਟ 'ਤੇ ਕੋਈ ਸੀਰੀਅਸ ਨਹੀਂ, ਇਨਵਾਇਰਮੈਂਟ ਪੋਲਿਊਟ ਹੋ ਰਿਹਾ।
ਗੱਡੀਆਂ ਕਾਰਾਂ ਟਰੱਕ ਸਾਡੇ ਦਾਲੇ ਹੋ ਜਾਂਦੇ ਨੇ, ਝੋਨੇ ਦੀ ਪਰਾਲੀ ਫੂਕਣ ਦੇ ਉੱਤੇ ਸਾਡੇ ਦਾਲੇ ਹੋ ਜਾਂਦੇ ਨੇ। ਦਿੱਲੀ ਦੇ ਵਿੱਚ 1 ਕਰੋੜ ਵਹੀਕਲ ਆਉਂਦਾ ਜਾਂਦਾ ਚੱਲਦਾ ਉੱਥੇ, ਜਿਹੜਾ ਫਿਰ ਉਹਦੇ ਬਿਨਾਂ ਇੰਡਸਟਰੀ ਹੈ, ਉੱਥੇ ਦੀ ਬਿਲਡਰਸ ਨੇ, ਕਿੰਨਾ ਪੋਲਿਊਸ਼ਨ ਹੁੰਦਾ ਜੀ। ਔਰ ਇਹਦੇ ਨਾਲ ਜਿਹੜਾ ਟੈਂਪਰੇਚਰ ਵੱਧ ਗਿਆ, ਫਿਰ ਉਹਦੇ ਨਾਲ ਸਾਡੀ ਜਿਹੜੀ ਜਿਹੜੇ ਨੇ ਗਲੇਸ਼ੀਅਰਸ ਉਹ ਪਿਘਲ ਰਹੇ ਨੇ। ਇਹ ਬਹੁਤ ਸਾਰੇ ਕਾਰਨ ਨੇ ਜਿੱਥੇ ਸਰਕਾਰਾਂ ਕੰਮ ਨਹੀਂ ਕਰ ਰਹੀਆਂ। ਹੁਣ ਇਹ ਅੱਜ ਇਹ ਮੁਸੀਬਤ ਹੈ, ਅੱਜ ਦੀਆਂ ਗੱਲਾਂ ਕਰਦੇ ਨੇ, ਜਦੋਂ ਇਹ ਮੁਸੀਬਤ ਟਲ ਗਈ ਮਹੀਨੇ ਤੋਂ ਬਾਅਦ ਦੇਖਿਓ ਇਹਨਾਂ ਨੇ ਇੱਧਰ ਮੂੰਹ ਨਹੀਂ ਖੋਲ੍ਹਣਾ। ਤੋ ਇਸ ਇਹ ਤਾਂ ਕੰਟੀਨਿਊਸ ਪ੍ਰੋਸੈਸ ਹੁੰਦਾ ਹੈ। ਤੁਸੀਂ ਜੇ ਡਰੇਨੇਜ ਡਿਪਾਰਟਮੈਂਟ ਹੈ, ਜੇ ਉਹ ਸਿਰ ਚੜਿਆ ਰਹੇ ਆਪਣੇ ਹੇਠਲੇ ਅਮਰੇ ਫੈਲੇ ਦੇ, ਜਿਹੜਾ ਪੈਸਾ ਖਰਚਿਆ ਉਹ ਸਹੀ ਮਾਨੇ 'ਚ ਲੱਗ ਜੇ, ਸਫਾਈ ਹੋ ਜੇ, ਤਾਂ ਫਿਰ ਇਹ ਮੁਸ਼ਕਲ ਆਉਂਦੀ ਹੋਈ ਨਹੀਂ। ਕਈ ਜਗ੍ਹਾਵਾਂ ਇਹੋ ਜਿਹੀਆਂ ਵੀ ਨੇ ਜਿੱਥੇ ਦੇਖਿਆ ਗਿਆ ਕਿ ਰਿਵਰੇਟਸ ਜਿਹੜੀਆਂ ਨੇ, ਖਾਸ ਕਰਕੇ ਜਿਹੜੀਆਂ ਬਰਸਾਤੀ ਨਦੀਆਂ ਨੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਕਿਸੇ ਤਰੀਕੇ ਦਾ ਕੁਝ ਕੰਸਟਰਕਸ਼ਨਸ ਹੋਈਆਂ ਹੋਈਆਂ ਨੇ। ਚਲੋ ਜੇ ਪੰਜਾਬ ਨੂੰ ਛੱਡ ਕੇ ਇੱਧਰ ਵੀ ਤੁਰ ਪਈਏ, ਆਪਾਂ ਅੰਬਾਲੇ ਵੱਲ ਤੁਰ ਪਈਏ, ਅੰਬਾਲੇ ਦੇ ਅੱਗੇ ਜਿਹੜਾ ਟਾਂਗਰੀ ਦਾ ਬੈੱਡ ਹੈਗਾ ਜੀ, ਉਹਦੇ ਵਿੱਚ ਵੀ ਲੋਕਾਂ ਨੇ ਆਪਣੀ ਕਲੋਨੀ ਬਣਾਈ ਹੋਈ ਹੈ। ਐਵੇਂ ਪੰਜਾਬ ਦੇ ਵਿੱਚ ਵੀ ਕਈ ਥਾਵਾਂ 'ਤੇ ਇਹੋ ਜਿਹੀ ਚੀਜ਼ ਹੈਗੀ ਹੈ ਜਿੱਥੇ ਕਿ ਪ੍ਰੋਪਰ ਤਰੀਕੇ ਦੀਆਂ ਕੰਸਟਰਕਸ਼ਨਸ ਜਾਂ ਫਿਰ ਐਲੀਵੇਟ ਨਹੀਂ ਕੀਤੀਆਂ ਹੋਈਆਂ। ਉਹ ਵੀ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਰਸਤਾ, ਮੈਂ ਤੁਹਾਨੂੰ ਆਪਣੇ ਤਜਰਬੇ ਤੋਂ ਦੱਸਾਂ, ਮੈਂ ਉਸ ਵੇਲੇ ਦੀ ਪੈਦਾਇਸ਼ ਹਾਂ ਜਦੋਂ ਅਸੀਂ 50s ਦੇ ਵਿੱਚ 60s ਦੇ ਵਿੱਚ ਦੇਖਦੇ ਹੁੰਦੇ ਸੀ ਦਫ਼ਤਰਾਂ ਵਿੱਚ, ਜੇ ਕੋਈ ਰਿਸ਼ਵਤ ਲੈਂਦਾ ਸੀਗਾ ਉਹਨੂੰ ਲੋਕ ਨਫ਼ਰਤ ਕਰਦੇ ਸੀ, ਦਫ਼ਤਰਾਂ ਦੇ ਹੀ ਬਹੁ, ਦਫ਼ਤਰਾਂ ਦੇ ਬਹੁ, ਨਾ ਕਿਸੇ ਦੀ ਰਿਸ਼ਵਤ ਦੇਣ ਨੂੰ ਜ਼ਰੂਰਤ ਪੈਂਦੀ ਸੀ ਅਤੇ ਨਾ ਹੀ ਕੋਈ ਲੈਂਦਾ ਹੁੰਦਾ ਸੀ, ਇਹਨੂੰ ਬਹੁਤ ਮਾੜਾ ਸਮਝਦੇ ਸੀ। ਅੱਜ ਕਹਿੰਦੇ ਨੌਕਰੀ ਲੈਣ ਵੇਲੇ ਤਾਂ ਹਾੜੇ ਕੱਢ ਕੇ ਨੌਕਰੀ ਲੈ ਲਓ, ਫਿਰ ਉਹਦੇ ਬਾਅਦ ਕੰਮ ਕਰਨ ਦੇ ਪੈਸੇ ਦਿਓ, ਤਨਖਾਹ ਬਾਪੂ ਵਾਲੀ ਹੈ। ਹੁਣ ਤਾਂ ਪੈਸੇ ਤੋਂ ਬਿਨਾਂ ਗੱਲ ਹੀ ਨਹੀਂ ਹੁੰਦੀ, ਉਹਨਾਂ ਦੀ ਮਾਨਸਿਕਤਾ ਹੀ ਬਦਲ ਗਈ, ਔਰ ਮਾਨਸਿਕਤਾ ਬਦਲ ਗਈ, ਕਰਪਸ਼ਨ ਹੋ ਗਈ, ਤਾਂ ਫਿਰ ਇਹ ਇਹੀ ਰਾਹ ਦੱਸਦੇ ਨੇ, ਇਹੀ ਕਬਜ਼ੇ ਕਰਾਉਂਦੇ ਨੇ, ਸਭ ਕੁਝ ਇਹਨਾਂ ਨੂੰ ਪਤਾ ਹੁੰਦਾ। ਹੁਣ ਜਿੰਨੇ ਚੋ ਨੇ ਉਹਨਾਂ ਦੇ ਵਿੱਚ ਸਾਰਿਆਂ 'ਚ, ਈਵਨ ਦਰਿਆ ਸਤਲੁਜ ਦੇ ਵਿੱਚ ਦਰਖਤ ਨੇ ਜੀ, ਪੋਪੂਲਰ ਖੜ੍ਹਾ ਹੁੰਦਾ, ਕਿਉਂ ਕੌਣ ਲਾਉਂਦਾ ਹੈ, ਬਿਊਰੋਕਰੈਟਸ ਹੈ ਜ਼ਿਆਦਾਤਰ, ਅਤੇ ਇਹ ਆਪ ਹੀ ਕਰਾਉਂਦੇ ਨੇ ਸਾਰਾ ਕੁਝ। ਜਦੋਂ ਇਹ ਆਪ ਬੇਈਮਾਨ ਹੋ ਗਏ ਤਾਂ ਫਿਰ ਕੌਣ ਸੰਭਾਲੇਗਾ ਜੀ। ਔਰ ਅੱਜ ਜਿਹੜੀ ਤੁਸੀਂ ਇਹ ਕੀਤੀ ਹੈ ਪੂਰੀ ਦੀ ਪੂਰੀ, ਇੱਕ 5 ਤਰੀਕ ਨੂੰ ਤੁਸੀਂ ਇੱਕ ਪੂਰਾ ਸੱਦਾ ਦੇ ਰਹੇ ਹੋ ਅਤੇ ਕੁਛ ਮੈਮੋਰੈਂਡਮਸ ਵੀ ਦੇ ਰਹੇ ਹੋ ਅਤੇ ਕੁਛ ਨੋਟਿਸਿਸ ਵੀ ਦੇ ਰਹੇ ਹੋ ਸਰਕਾਰਾਂ ਨੂੰ, ਕੇਂਦਰ ਅਤੇ ਪੰਜਾਬ ਸਰਕਾਰ, ਸੂਬਾ ਸਰਕਾਰ ਦੋਨਾਂ ਦੇ ਨਾਲ ਇੱਕ ਤਰ੍ਹਾਂ ਦਾ ਆਮਣਾ ਸਾਹਮਣਾ ਕਰਨ ਜਾ ਰਹੇ ਹੋ, ਕੀ ਪਲੈਨਿੰਗ ਹੈਗੀ ਹੈ, ਕੀ ਤੁਸੀਂ ਵਿਉਂਤਬੰਦੀ ਕੀਤੀ ਹੈ? ਇੱਕ ਤਾਂ ਤੁਹਾਨੂੰ ਸ਼ਾਇਦ ਪਤਾ ਹੈ ਇਸ ਬਾਰੇ, 1.5 ਸਾਲ ਤੋਂ ਅਸੀਂ ਤਿਆਰੀ 'ਚ ਲੱਗੇ ਹੋਏ ਸੀਗੇ, ਪਾਣੀਆਂ ਦੇ ਮਸਲੇ 'ਤੇ, ਫੈਡਰਲ ਸਟਰਕਚਰ ਦੇ ਮਸਲੇ 'ਤੇ ਅਤੇ ਐਨਵਾਇਰਮੈਂਟ ਦੇ ਮਸਲੇ 'ਤੇ ਅਸੀਂ ਸਰਕਾਰ ਨੂੰ ਨੋਟਿਸ ਦੇਣਾ ਸੀ 5 ਅਗਸਤ ਨੂੰ, ਤੈਅ ਕੀਤਾ ਹੋਇਆ ਸੀ। ਹੁਣ ਵਿਚਾਲੇ ਆ ਕੁਦਰਤੀ ਆਫਤ ਆ ਗਈ, ਇਹਦੇ ਕਰਕੇ ਫਿਰ ਅਸੀਂ ਹੁਣ ਇਹ ਤੈਅ ਕੀਤਾ ਵੀ, ਪਰਸੋਂ ਹੀ ਇੱਕ ਰਿਪੋਰਟ ਮੀਡੀਆ 'ਚ ਆਈ ਹੈ ਬਈ, ਰਿਜ਼ਰਵ ਬੈਂਕ ਨੇ ਕਿਹਾ ਵੀ ਅਸੀਂ 2,09,000 ਕਰੋੜ ਰੁਪਇਆ ਕਾਰਪੋਰੇਟ ਹਾਊਸਿਸ ਦਾ 31 ਮਾਰਚ 2023 ਤੱਕ ਮਾਫ਼ ਕਰਤਾ। ਔਰ ਜਿਹੜੀ ਰਿਪੋਰਟ ਆਈ ਉਹਦੇ ਮੁਤਾਬਕ ਹਰ ਸਾਲ ਇਹ ਕਦੇ 2.5 ਲੱਖ ਕਰੋੜ, ਕਦੇ 2.5 ਲੱਖ ਕਰੋੜ ਹਰ ਸਾਲ ਮਾਫ਼ ਕਰਦੇ ਨੇ। ਸਵਾਲ ਇਹ ਹੈ ਵੀ ਇਹ ਜਿਹੜਾ ਦੇਸ਼ ਦਾ ਖਜ਼ਾਨਾ, ਇਹ ਜਿਹੜਾ ਸਰਮਾਇਆ ਲੋਕਾਂ ਦਾ ਹੈ, ਲੋਕ ਕੌਣ ਨੇ? ਲੋਕ ਆਮ ਲੋਕ ਨੇ, ਕੋਈ 100-150 ਕਾਰਪੋਰੇਟ ਹਾਊਸਿਸ ਤਾਂ ਲੋਕ ਨਹੀਂ। ਜੇ ਤੁਸੀਂ ਪਿਛਲੇ 20 ਸਾਲ 'ਚ ਦੇਖੋ ਤਾਂ ਤਕਰੀਬਨ 42 ਲੱਖ ਕਰੋੜ ਰੁਪਈਆ, 43 ਲੱਖ ਕਰੋੜ ਰੁਪਈਆ ਉਹਨਾਂ ਨੂੰ ਇੱਦਾਂ ਵੇਵ ਕਰ ਚੁੱਕੇ ਨੇ। ਔਰ ਸਰਕਾਰ ਦੀ ਇਹ ਪੋਲਿਸੀ ਐਸ 2 ਮਹੀਨਾ ਪਹਿਲਾਂ ਜਿਹੜੀ ਅਨਾਊਂਸ ਕੀਤੀ ਬਈ ਜਿਹੜੇ ਕਾਰਪੋਰੇਟ ਹਾਊਸਿਸ ਡਿਫਾਲਟਰ ਹੋ ਗਏ ਉਹਨਾਂ 'ਤੇ ਜੋ ਦਿੰਦੇ ਆ ਉਹ ਲੈ ਲਓ, ਜੋ ਦਿੰਦੇ ਆ ਲੈ ਲਓ, ਅਤੇ ਜਿਹੜੇ ਬਾਕੀ ਰਹਿ ਗਏ ਉਹ ਵੇਵ ਹੋ ਜਾਣਗੇ। 90 ਦਿਨ ਦਾ ਨੋਟਿਸ ਹੈ, 90 ਦਿਨ ਤੋਂ ਬਾਅਦ NPA 'ਚ ਪਾ ਕੇ 90 ਦਿਨ ਰੱਖਣਾ, 90 ਦਿਨ ਤੋਂ ਬਾਅਦ ਉਹਨਾਂ ਨੇ ਆਪਣੀ ਬੈਲੈਂਸ ਸ਼ੀਟ ਠੀਕ ਕਰਨੀ ਹੈ, ਉਹਨਾਂ ਨੇ ਉਹ ਮਾਫ਼ ਕਰਤੇ। ਅਤੇ ਉਹ ਤੋਂ ਬਾਅਦ ਜਿਹੜਾ 1 ਸਾਲ ਵੇਟ ਕਰੋ, 1 ਸਾਲ ਤੋਂ ਬਾਅਦ ਫਿਰ ਉਹ ਦੁਬਾਰਾ ਜਿਹੜਾ ਰਿਫਾਲਟਰ ਫਿਰ ਕਰਜ਼ਾ ਲੈਣਾ ਚਾਹੁੰਦਾ, ਜਿੰਨਾ ਮੰਗਦਾ ਫਿਰ ਦੇ ਦਿਓ। ਇਹਦੇ ਮਾਨੇ ਕੀ ਹੈ? ਇਹਦਾ ਮਤਲਬ ਕਾਰਪੋਰੇਟ ਹਾਊਸਿਸ ਜਿਹੜੇ ਫਾਈਨੈਂਸ ਕਰਦੇ ਨੇ ਸਾਡੀ ਪੋਲੀਟੀਕਲ ਖੇਡ ਨੂੰ, ਉਹੀ ਹੋ ਗਏ ਦੇਸ਼ ਦੇ ਮਾਲਕ, ਤਾਂ ਫਿਰ ਲੋਕਾਂ ਨੂੰ ਤਾਂ ਨਹੀਂ। ਅਸੀਂ ਕਹਿੰਦੇ ਹਾਂ ਵੀ ਜੇ 2,09,000 ਕਰੋੜ ਉਹਨਾਂ ਨੂੰ ਦਿੱਤਾ ਤਾਂ ਪੰਜਾਬ ਦੇ ਸਾਰੇ ਹੜ੍ਹ ਪੀੜਤਾਂ ਨੂੰ 218 ਕਰੋੜ ਕਿਉਂ ਰਿਲੀਜ਼ ਕੀਤਾ? 218 ਕਰੋੜ ਜੇ ਪੰਜਾਬ ਸਰਕਾਰ ਕੋਲ ਆ ਗਿਆ, ਇਹਨਾਂ ਨੇ 70 ਕਰੋੜ ਕਿਉਂ ਰਿਲੀਜ਼ ਕੀਤਾ? ਉਹਦੇ 'ਚੋਂ 70 ਕਰੋੜ ਨਾ ਕਿਹਨੂੰ? ਇੱਕ ਨਵਾਂ ਪੈਸਾ ਕਿਸੇ ਨੂੰ ਹਾਲੇ ਤੱਕ ਨਹੀਂ ਦਿੱਤਾ। ਉਹ ਕਹਿ ਸਕਦੇ ਨੇ ਵੀ 70 ਕਰੋੜ 'ਚ ਅਸੀਂ ਫਲਾਣੇ ਨੂੰ ਪੈਸੇ ਦਿੱਤੇ, ਉਹ ਤਾਂ ਆਪਣੇ ਜਿਹੜੇ ਜਾਂਦੇ ਨੇ ਡਰਾਮਾ ਕਰਨ ਉਹਨਾਂ 'ਤੇ ਵਿਜ਼ਿਟ 'ਤੇ ਖਰਚੇ ਹੋਈ ਜਾਂਦੇ ਨੇ ਪੈਸੇ ਇਹਨਾਂ ਦੇ। ਤੋ ਸਾਡੀ ਲੜਾਈ ਇਹੀ ਹੈ ਵੀ ਅਸੀਂ ਉਸ ਦਿਨ 5 ਤਾਰੀਖ ਨੂੰ ਜਿੱਥੇ ਸੈਂਟਰਲ ਗਵਰਨਮੈਂਟ ਨੂੰ ਪਹਿਲੇ ਮੁੱਦਿਆਂ 'ਤੇ ਨੋਟਿਸ ਦੇਣਾ, ਉੱਥੇ ਇਸ ਗੱਲ 'ਤੇ ਵੀ ਨੋਟਿਸ ਦੇਣਾ ਵੀ ਕਿਸਾਨਾਂ ਨੂੰ, ਉਹਨਾਂ ਦਾ ਜਿਹੜਾ ਮਜ਼ਦੂਰ ਨੇ ਜਿਨ੍ਹਾਂ ਦੇ ਘਰ ਢਹਿ ਗਏ, ਜਿਨ੍ਹਾਂ ਦੇ ਪਸ਼ੂ ਮਰ ਗਏ, ਜਿਨ੍ਹਾਂ ਦੇ ਫਸਲਾਂ ਡੁੱਬ ਗਈਆਂ, ਉਹਨਾਂ ਨੂੰ ਮੁਆਵਜ਼ਾ ਦਿਓ। ਇੱਕ ਦੂਸਰਾ,
असी ये भी कहांगे जिहड़े एक तो यदा हैगा मुआवजा देने का, दूसरा ये भी है भी जिन जिहड़े दोषी ने उन्हां दे खिलाफ कार्रवाई भी करो जी। फिर एक ये भी सानू समझना चाहिए भी ये सिर्फ किसानों का ही नुकसान नहीं होया, वी प्रोड्यूस फॉर द नेशन, यदा नैशनल किटी पर कि असर पेगा। यूक्रेन चो की वजह करके वर्ल्ड जो फूड डेफिसिट जा रहा सारी दुनिया तो रही कसर हूँ इन्हें कढ़ती। जे पंजाब ऑलमोस्ट 50% कंट्रीब्यूट करता नैशनल किटी तो पंजाब के बच्चे फसल ना हो फिर की होएगा, महंगाई होएगी, अनाज नहीं लभना, भुखमरी होएगी। 80 करोड़ लोग ने जोड़े महीने बाद आटा दाल उड़ीकते हैं जिन्हें पेइंग कपैसिटी नहीं है, तो फिर सरकार उन्हें ही लोगों को इग्नोर कर दी है, कुछ कारपोरेट हाउसेज में पाल दी है। जी 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 जी। आखिरी सवाल है मेरा, 19 तरीक न संयुक्त मोर्चा जोड़ा है उन्होंने भी एक कॉल दी है, उन्होंने कहा कि MPs से MLAs जोड़े ने अपने अपने घर रहन घेराबंदी करा मेमोरेंडम जावे, उन्होंने भी लंबा चौड़ा डिमांड चैटर जोड़ा वो तैयार किया, तुम की कहोगे? मैं थोड़ा यह तो नहीं पूछा हूँ क्योंकि तुम बहुत बार जवाब दे चुके हो कि माहौल बनेगा तो सारिया सारिया जथेबंदियां इकट्ठिया हो गए, जिक्र किया कि मैं एक लेख भी लिखा है जो सारे पढ़ लैन तो समझ जाएंगे कि जो भी आफत आती है या खास करके जो भी यह जहाँ माहौल बने हैं जो जिहड़े कि किसानों के विरुद्ध जा रहे हैं या साढ़े विरुद्ध जा रहे हैं तो डेफिनेटली सानू एक छत थले कट्ठे होने की लोड़ हैगी, हौका तुसी अपने लेख राही भी देने की कोशिश की है, पर फिर भी जिहड़ा 19 तरीक नू कॉल देन जा रहे और खास करके उन्होंने घिराव भी करना है MPs ते MLAs दे, तो नाल ही उन्होंने वो भी करना और कल मीटिंग उन्होंने ली है इत्थे। इस तरह भी जब तुसी कोई भी फैसला कोई जथेबंदियां लैंदियां पूरा उसनू थ्रैश कर दिया, अज असीं इत्थे 3 घंटे आपो बिच डिबेट की है, कल कल की गल सुनी है, फिर वो जो निकलिया वो फैसला से किया, उन्होंने ये डिबेट की है, उन्होंने कोई फैसला लिया होएगा मैं वो कोई कमेंट नहीं करना, वो करे अच्छी गल है जो करते हैं ठीक है। बहुत बहुत धन्यवाद। साढ़े नाल सीगे बलबीर राजेवाल, उन्होंने बड़ी तफसील नाल साढ़े नाल गलबात की, 5 तरीक नूं उन्होंने हौका दिता और 5 तरीक नूं जिहड़ियां 5 जथेबंदियां ने किसान जथेबंदियां वो पूरे तरीके दे नाल केंद्र सरकार नूं वी ते सूबा सरकार नूं दोनों नूं अपनी गल कहन जा रही ने। कैमरा परसन सरबजीत दे नाल बिंदू सिंह चंडीगढ़, तुसीं देखदे रहो D5 चैनल पंजाबी। D5 चैनल पंजाबी ते होवेगी पख दे मुद्दयां दी गल, सियासी पार्टियां नूं करांगे सवाल ताकि लोक मसले होण हल। D5 चैनल पंजाबी ते पंजाब डिबेट सोमवार तो शुक्रवार तक शामी 6 बजे तो 7 बजे तक वेखना ना भुलना पंजाब डिबेट। निडर हां, निरपक्ष हां, आजाद हां, सच कहां, गल करांगे सियासी हवा दी, होणगे हुकमरानां नूं सिद्धे सवाल, सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बन, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर। D5 चैनल पंजाबी, अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।